ਤੇ ਰੈਪਰ ਨਾਲ ਸਹੀ ਹੈ ਜੀ ਕਟਾਈ ਹੁਣ ਰੈਪਰ ਨਾਲ ਤੁਹਾਡੇ ਸਾਹਮਣੇ ਕਟਾਈ ਹੋ ਰਹੀ ਹੈ ਜੀ ਸਸਤੀ ਪੈ ਜਾਂਦੀ ਹਾਂਜੀ 3000 ਰੁਪਏ ਕਿੱਲੇ ਦਾ 3000 ਕਿੱਲੇ ਦਾ ਅੱਛਾ ਕਣਕ ਦਾ ਕੀ ਰੇਟ ਚੱਲ ਰਿਹਾ ਕਣਕ ਦਾ ਤਕਰੀਬਨ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਪਿਆਰੇ ਦੋਸਤੋ ਕੈਸੇ ਹੋ ਉਮੀਦ ਕਰਤਾ ਹੂੰ ਕਿ ਅੱਲਾਹ ਕੀ ਰਹਿਮਤ ਸੇ ਖੈਰੀਅਤ ਸੇ ਹੋਂਗੇ ਅੱਛਾ ਪਿਆਰੇ ਦੋਸਤੋ ਅੱਜ ਹਮ ਆਪਕੋ ਦਿਖਾ ਰਹੇ ਹੈ ਕਿ ਪੰਜਾਬ ਮੇ ਰੈਪਰ ਮਸ਼ੀਨ ਸੇ ਗੰਦਮ ਕੀ ਕਟਾਈ ਹੋ ਰਹੀ ਹੈ ਔਰ ਆਪਕੋ ਬਤਾਤਾ ਚਲੂੰ ਕਿ ਇਸ ਮਰਤਬਾ ਜੋ ਹੈ ਰੈਪਰ ਬਹੁਤ ਕਮ ਚੱਲ ਰਿਹਾ ਹੈ ਕਿਉਂਕਿ ਆਪਕੋ ਪਤਾ ਹੈ ਕਿ ਇਸ ਵਾਰ ਵੀ ਜੋ ਆਂਦੀ ਹੈ ਬਾਰਿਸ਼ਾਂ ਕਾਫੀ ਆਈ ਹੈ ਤੋ ਉਸ ਵਜ੍ਹਾ ਸੇ ਜੋ ਰੈਪਰ ਮਸ਼ੀਨ ਹੈ ਗੰਦਮ ਜੋ ਹੈ ਗਿਰ ਜਾਤੀ ਹੈ ਆਪਕੋ ਪਤਾ ਹੈ ਤੋ ਫਿਰ ਰੈਪਰ ਮਸ਼ੀਨ ਜੋ ਹੈ ਗਿਰੀ ਹੋਈ ਗੰਦਮ ਕੋ ਨਹੀਂ ਉਠਾਤਾ ਤੋ ਇਸ ਵਜ੍ਹਾ ਸੇ ਪੰਜਾਬ ਮੇ ਜੋ ਹੈ ਇਸ ਵਾਰ ਰੈਪਰ ਮਸ਼ੀਨ ਬਹੁਤ ਹੀ ਕਮ ਇਸਤੇਮਾਲ ਹੋ ਰਹੀ ਹੈ ਹਾਰਵੈਸਟਰ ਹੈ ਜਾਂ ਫਿਰ ਥਰੈਸ਼ਰ ਵਗੈਰਾ ਸੋਰੀ ਜਾਂ ਫਿਰ ਹੱਥ ਸੇ ਕਟਾਈ ਹੋ ਰਹੀ ਹੈ ਤੋ ਬਾਕੀ ਜੀ ਆਪ ਦੇਖ ਰਹੇ ਮਾਸ਼ਾਅੱਲਾ ਇਹ ਗੰਦਮ ਜੋ ਹੈ ਬਿਲਕੁਲ ਖੜੀ ਹੈ ਤੋ ਇਸਕੋ ਜੋ ਹੈ ਰੈਪਰ ਮਸ਼ੀਨ ਬਿਲਕੁਲ ਆਸਾਨੀ ਕੇ ਸਾਥ ਕਟਾਈ ਕਰ ਰਿਹਾ ਹੈ ਤੋ ਅਸਲ ਮੇਂ ਇਹ ਹੀ ਆ ਕਿ ਆਂਦੀ ਬਾਰਿਸ਼ੋਂ ਕੀ ਵਜ੍ਹਾ ਸੇ ਜੋ ਇਸ ਮਰਤਬਾ ਜੋ ਹੈ ਰੈਪਰ ਮਸ਼ੀਨ ਕਮ ਇਸਤੇਮਾਲ ਹੋ ਰਿਹਾ ਹੈ ਕਿਉਂਕਿ ਹਾਰਵੈਸਟਰ ਹੈ ਉਸਕੇ ਇਲਾਵਾ ਜੋ ਹੱਥ ਸੇ ਕਟਾਈ ਹੈ ਬਹੁਤ ਜ਼ਿਆਦਾ ਹੈ ਤੋ ਮਜ਼ੀਦ ਆਪਕੋ ਇਹ ਵੀਡੀਓ ਦਿਖਾ ਰਹੇ ਹੈ ਇਸ ਮੇਂ ਆਪ ਦੇਖ ਸਕਤੇ ਹੈ ਕਿ ਕਿਸ ਤਰ੍ਹਾਂ ਰੈਪਰ ਮਸ਼ੀਨ ਮਾਸ਼ਾਅੱਲਾ ਬਿਹਤਰੀਨ ਤਰੀਕੇ ਕੇ ਸਾਥ ਕਟਾਈ ਕਰ ਰਿਹਾ ਹੈ ਇਹ ਅਲੀ ਇੰਜੀਨੀਅਰਿੰਗ ਵਰਕਸ ਰੈਪਰ ਮਸ਼ੀਨ ਬੂਰਾ ਰੋਡ ਮੀਆਂ ਚੰਨੂ ਇਹ ਵੀ ਤਕਰੀਬਨ ਡੋਗਰ ਕੇ ਹੀ ਹੈ ਸ਼ਾਇਦ ਅਲੀ ਇੰਜੀਨੀਅਰ ਤੋ ਇਨਕੀ ਜਾਨਬ ਸੇ ਤਿਆਰ ਕਰਦਾ ਇਹ ਵਾਲਾ ਰੈਪਰ ਮਸ਼ੀਨ ਤੋ ਮੈਂ ਆਪਕੋ ਕਰੀਬ ਸੇ ਦਿਖਾਤਾ ਹੂੰ ਥੋੜ੍ਹਾ ਸਾ ਇਸਕੋ ਜ਼ੂਮ ਕਰਕੇ ਬਾਕੀ ਹਮਨੇ ਭਾਈ ਸੇ ਜਾਣਾ ਥਾ ਇਹ ਕਿ ਮਤਲਬ ਰੈਪਰ ਮਸ਼ੀਨ ਇਸ ਮਰਤਬਾ ਕੰਮ ਕਿਉਂ ਹੈ ਉਹਨਾਂ ਨੇ ਵੀ ਇਹੀ ਬਤਾਇਆ ਕਿ ਰੈਪਰ ਮਸ਼ੀਨ ਕੰਮ ਹੋਣੇ ਕੀ ਵਜ੍ਹਾ ਇਹ ਹੀ ਹੈ ਕਿ ਬਾਰਿਸ਼ੋਂ ਕੀ ਵਜ੍ਹਾ ਸੇ ਜੋ ਹੈ ਨਾ ਗੰਦਮ ਕਾਫੀ ਗਿਰ ਗਈ ਹੈ ਤੋ ਫਿਰ ਗਿਰੀ ਹੋਈ ਕੋ ਗੰਦਮ ਕੋ ਜੋ ਰੈਪਰ ਮਸ਼ੀਨ ਨਹੀਂ ਉਠਾਤਾ ਤੋ ਇਹ ਦੇਖੇ ਜੀ ਮਾਸ਼ਾਅੱਲਾ ਬਿਹਤਰੀਨ ਪਰਫਾਰਮੈਂਸ ਹੈ ਅਲੀ ਇੰਜੀਨੀਅਰਿੰਗ ਵਰਕਸ ਕੀ ਜਨਮ ਸੇ ਤਿਆਰ ਕਰਦਾ ਰੈਪਰ ਮਸ਼ੀਨ ये देखें जी माशाल्लाह बेहतरीन तरीके के साथ कटाई की हुई है बहुत ही ज़बरदस्त माशाल्लाह ज़बरदस्त कमाल माशाल्लाह अस्सलाम वालेकुम जी चाचा जी की हाल है ठीक ठाक चाचा जी पंजाब च खड़ोते हैं जी दस्यो सानू जरा कि यार की रैपर मशीन बहुत घट है देखने विच चलदी पई इंदी की वजह हां जी बारिशा पई ना मौसम खराब सीगा हां जी उंदी वजह नाल जेड़ा कणका डिग गई अच्छा जी उंदी वजह नाल जेड़ा मतलब फिर डिग्गी नु नहीं चुकदा ना डिग्गी नु नहीं चुकदा अच्छा अच्छा ते रैपर ना सही है जी कटाई हुन रैपर ना तुहाडे सामने कटाई हो रही है सस्ती पै जांदी हां जी 3000 रुपए किले दा 3000 किले दा अच्छा कणक दा की रेट चल रिया तो दोस्तों जो चैनल पर न्यू है दोस्त वो चैनल को सब्सक्राइब कर दें इंशाल्लाह नेक्स्ट आपको मजीद जितनी भी गंदम है इसके अलावा मूंगी वगैरह है इसके अलावा जो मकई है उसके रेट वगैरह आप दोस्तों के साथ शेयर किए जाएंगे और इसके अलावा जो भी मतलब ज़रात के मतलब होगी आइटम इंशाल्लाह वो आप दोस्तों के साथ शेयर की जाएगी तो मिलेंगे नेक्स्ट वीडियो में तब तक अपना बहुत सारा ख्याल रखना दुआओं में याद रखना अल्लाह हाफिज़।